ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਆਨੰਦ ਗੁਣ ਨਿਧਾਨ ਗੁਰਮੁਖ ਜਾਗ ਰਹੇ ਗੁਰਮੁਖ ਜਾਗ ਰਹੇ ਗੁਰਮੁਖ ਜਾਗ ਰਹੇ ਗੁਰਮੁਖ ਜਾਗ ਦੇਵ ਜੀ ਮਾਹਰਾ
जी महाराज उस महापुरुषों की स्टेट ऑफ माइंड को डिस्क्राइब कर रहे हैं कि किस तरह के इंसान बन जाते हैं जो वाहगुरु नाल ही कनेक्ट हो जाते हैं गुरमुख जाग रहे चुकी अभिमानी राम उन्होंने जीवन के हर किस्म का जो अभिमान है राइचियसनेस है अपने आप को सियाणा समझण की जी सारी जी बीमारी है वो खत्म हो जाती है क्योंकि उन्होंने जीवन के हमेशा सवेर ही सवेर हो जाती है अंधे को होर पाया प्रकाश इन्ना क आ जाता है कि हमेशा ही सवेर बनी रहती है उत्थे कभी रात नहीं होती
ਜਿਹੜੇ ਉਹ ਜਾਗੇ ਹੋਏ ਇਨਸਾਨ ਨੇ, ਸੰਤ ਜਨ ਨੇ, ਪ੍ਰਭੂ ਦੇ ਭਗਤ ਨੇ, ਕਹਿੰਦੇ ਉਹਨਾਂ ਦੇ ਵਿੱਚ ਅਜਿਹਾ ਪ੍ਰਕਾਸ਼ ਹੁੰਦਾ ਹੈ ਅੰਦਰਲਾ, ਉਹਦੇ ਵਿੱਚ ਹੀ ਉਹ ਰਮੇ ਰਹਿੰਦੇ ਨੇ, ਉਹਦੇ ਵਿੱਚ ਰੰਗੇ ਰਹਿੰਦੇ ਨੇ, ਉਹਦਾ ਹੀ ਸਵਾਦ ਚੱਖਦੇ ਰਹਿੰਦੇ ਨੇ, ਬਿਗਸ ਸਟੇਟ ਆਫ ਮਾਇੰਡ ਦੇ ਵਿੱਚ ਹਮੇਸ਼ਾ ਰਹਿੰਦੇ ਨੇ, ਸਮਾਧ ਦੇ ਵਿੱਚ ਰਹਿੰਦੇ ਨੇ। ਪਰ ਕਹਿੰਦੇ ਦੂਜੇ ਪਾਸੇ ਆਪੋਜ਼ਿਟ ਨਹੀਂ ਹੈ, ਮਨ ਨੂੰ ਭਰਮ ਭੁਲਾਣ, ਭਰਮਾਂ ਦੇ ਵਿੱਚ ਜਿਹੜੀ ਭੁੱਲੀ ਹੋਈ ਆਤਮਾ ਉਹ ਦੁੱਖ ਮਹਿਸੂਸ ਕਰਦੀ ਹੈ। ਔਨ ਦੀ ਅਦਰ ਹੈਂਡ ਜਿਹੜਾ ਸੰਤ ਜਨ ਹੈ, ਪ੍ਰਭੂ ਦਾ ਭਗਤ ਹੈ, ਜਿਹੜੀ ਭਗਤਨੀ ਹੈ, ਉਹ ਪ੍ਰਭੂ ਦੇ ਵਿੱਚ ਅਜਿਹੀ ਰਮੀ ਹੋਈ, ਉਹਦਾ ਸਵਾਦ ਚੱਕਦੀ ਰਹਿੰਦੀ ਹੈ ਤੇ ਆਨੰਦ ਮਾਣਦੀ ਹੈ, ਗੇਲਾਂ ਕਰਦੀ ਹੈ। ਓ ਪ੍ਰਗਟੀ ਜੋ